ਜੈ ਹਿੰਦ ਬਈ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਏ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਦੀ ਐਂਸਰ ਕੀਤੇ ਸਕੋਰ ਕਾਰਡ ਬਾਰੇ ਐਂਸਰ ਕੀਤੀ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਸੀ ਅਤੇ ਪੂਰਾ ਤਰੀਕਾ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਤੁਸੀਂ ਆਪਦੀ ਐਂਸਰ ਕੀ ਜਿਹੜਾ ਹੈ ਘਰ ਬੈਠੇ ਮੋਬਾਈਲ ਦੇ ਨਾਲ ਡਾਊਨਲੋਡ ਕਰ ਸਕਦੇ ਹੋ ਬਟ ਉਸ ਤੋਂ ਬਾਅਦ ਵੀ ਕਈ ਜਵਾਨਾਂ ਤੋਂ ਡਾਊਨਲੋਡ ਨਹੀਂ ਹੋ ਰਹੀ ਸੀ ਤਾਂ ਮੈਂ ਇਹ ਵੀ ਕਿਹਾ ਸੀ ਕਿ ਨੇੜੇ ਦੇ ਕੈਫੇ ਤੋਂ ਕਰਵਾ ਲਿਓ ਕਿਉਂਕਿ ਤੁਹਾਡੇ ਕੋਲ ਲਿਮਿਟਡ ਟਾਈਮ ਹੈ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਅਜੇ ਵੀ ਆਪਣੇ ਚੈਨਲ ਤੇ ਪਈ ਹੋਈ ਹੈ ਠੀਕ ਹੈ ਕੱਲ ਮੈਂ ਤੁਹਾਨੂੰ ਆਈ ਥਿੰਕ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਸੀ ਕਿ ਅੱਜ ਦਾ ਤੁਹਾਡੇ ਕੋਲ ਟਾਈਮ ਹੈ ਅਤੇ ਤੁਸੀਂ ਆਪਦੀ ਐਂਸਰ ਕੀ ਫਟਾਫਟ ਡਾਊਨਲੋਡ ਕਰ ਲਿਓ ਬਟ ਉਸ ਤੋਂ ਬਾਅਦ ਵੀ ਬਾਈ ਕਈ ਜਵਾਨਾਂ ਨੂੰ ਐਵੇਂ ਲੱਗਿਆ ਹੋਏਗਾ ਵੀ ਵਿਊਜ਼ ਵਗੈਰਾ ਵਾਸਤੇ ਵੀਡੀਓ ਪਾਈ ਹੈ ਉਹਨਾਂ ਨੇ ਇੰਨਾ ਗੌਰ ਕਰਿਆ ਨਹੀਂ ਅਤੇ ਸ਼ਾਮੀ ਜਿਹੜੀ ਹੈ ਉਹ ਵਿੰਡੋ ਕਲੋਜ਼ ਹੋ ਗਈ ਅਤੇ ਹੁਣ ਕਿਸੇ ਵੀ ਜਵਾਨ ਦੀ ਐਂਸਰ ਕੀ ਜਿਹੜੀ ਹੈ ਡਾਊਨਲੋਡ ਨਹੀਂ ਹੋ ਰਹੀ ਇੱਥੋਂ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਲੌਗਇਨ ਵਗੈਰਾ ਕਰਦੇ ਹੋ ਸ਼ਾਮੀ ਤਾਂ ਲੌਗਇਨ ਵੀ ਨਹੀਂ ਹੋ ਰਿਹਾ ਸੀ ਠੀਕ ਹੈ ਹੁਣ ਲੌਗਇਨ ਹੋ ਰਿਹਾ ਤਾਂ ਇੱਥੇ ਤੁਸੀਂ ਦੇਖੋਗੇ ਕਿ ਸਿਰਫ ਕੈਂਡੀਡੇਟ ਜਿਹੜੀ ਡਿਟੇਲ ਪੇਮੈਂਟ ਅਤੇ ਐਡਮਿਟ ਕਾਰਡ ਦਾ ਆਪਸ਼ਨ ਤੁਹਾਨੂੰ ਸ਼ੋ ਹੋ ਰਿਹਾ ਇੱਥੇ ਕੈਂਡੀਡੇਟ ਰਿਸਪੋਂਸ ਵਾਲਾ ਆਪਸ਼ਨ ਜਿਹੜਾ ਉਹ ਇਹਨਾਂ ਨੇ ਖਤਮ ਕਰਤਾ ਠੀਕ ਹੈ ਸੋ ਫਿਲਹਾਲ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਵੀ ਕੋਈ ਵੀ ਤੁਸੀਂ ਆਪਦੀ ਐਂਸਰ ਕੀ ਡਾਊਨਲੋਡ ਕਰ ਸਕੋ ਜਾਂ ਤੁਹਾਨੂੰ ਸਕੋਰ ਕਾਰਡ ਜਿਹੜਾ ਉਹ ਸ਼ੋ ਹੋ ਜਾਏ ਬਟ ਹਾਂ ਇਹ ਮੰਨ ਕੇ ਚੱਲੋ ਅੱਜ ਸ਼ਾਮੀ ਜਾਂ 1-2 ਦਿਨਾਂ ਦੇ ਵਿੱਚ ਤੁਹਾਡਾ ਸਕੋਰ ਕਾਰਡ ਅਪਡੇਟ ਹੋ ਜਾਏਗਾ ਹੋ ਸਕਦਾ ਵੀ ਤੁਹਾਡਾ ਪੇਪਰ ਦਾ ਡਾਊਨਲੋਡ ਦਾ ਆਪਸ਼ਨ ਫਿਰ ਤੋਂ ਤੁਹਾਨੂੰ ਦੇ ਦਿੱਤਾ ਜਾਵੇ ਬਟ ਤੁਸੀਂ ਉਸ ਦੇ ਉੱਤੇ ਓਬਜੈਕਸ਼ਨ ਜਿਹੜਾ ਹੁਣ ਨਹੀਂ ਲਾ ਸਕੋਗੇ ਕਿਉਂਕਿ ਓਬਜੈਕਸ਼ਨ ਵਿੰਡੋ ਦੁਬਾਰਾ ਓਪਨ ਨਹੀਂ ਹੋਏਗੀ ਫਿਲਹਾਲ ਦਾ ਆਹੀ ਅਪਡੇਟ ਹੈ ਜੇ ਕੋਈ ਬਈ ਵਾਲੀ ਮੇਲਾ ਮੁਲਾ ਇਹਨਾਂ ਨੂੰ ਗਈ ਜੇ ਇਹਨਾਂ ਨੂੰ ਲੱਗ ਗਿਆ ਵੀ ਬਹੁਤ ਜ਼ਿਆਦਾ ਕੈਂਡੀਡੇਟ ਓਬਜੈਕਸ਼ਨ ਲਾਉਣ ਵਾਲੇ ਰਹਿ ਗਏ ਹੈ ਫਿਰ ਹੋ ਸਕਦਾ ਵੀ ਵਿੰਡੋ ਦੁਬਾਰਾ ਤੋਂ ਓਪਨ ਹੋ ਜਾਏ ਬਟ ਫਿਲਹਾਲ ਸਾਰੀ ਵਿੰਡੋ ਇਹਨਾਂ ਨੇ ਕਲੋਜ਼ ਕਰ ਦਿੱਤੀ ਹੈ ਸਕੋਰ ਕਾਰਡ ਤੁਹਾਡਾ ਛੇਤੀ ਹੀ ਅਪਡੇਟ ਹੋ ਜਾਏਗਾ ਸੋ ਪਹਿਲੀ ਗੱਲ ਤਾਂ ਬਾਈ ਤੁਸੀਂ ਐਕਟੀਵੇਟ ਰਿਹਾ ਕਰੋ ਠੀਕ ਹੈ ਜਿਹੜੇ ਵੀ ਚੈਨਲ ਨੂੰ ਤੁਸੀਂ ਫੋਲੋ ਕਰਦੇ ਹੋ ਉਹਦੇ ਜਿਹੜਾ ਬੈਲ ਆਈਕਨ ਹੁੰਦਾ ਹੈ ਉਹਨੂੰ ਪ੍ਰੈਸ ਕਰਕੇ ਆਲ ਤੇ ਕਲਿੱਕ ਕਰ ਲਿਓ ਕਿਉਂਕਿ ਇਹ ਜਿਹੜੇ TCS ਵਾਲੇ ਆ ਇਹ ਲਿਮਿਟਡ ਟਾਈਮ ਦਿੰਦੇ ਆ ਤੁਹਾਨੂੰ ਇੱਦਾਂ ਨਹੀਂ ਕਿ ਹਫ਼ਤਾ 15-20 ਦਿਨ ਇਹਨਾਂ ਦੀ ਪ੍ਰੋਸੈਸ ਚੱਲਦੀ ਹੈ ਇੱਦਾਂ ਨਹੀਂ ਹੁੰਦੇ ਇਹ 2 ਕੁ ਦਿਨ ਦਿੰਦੇ ਆ ਮਸਾਂ ਮਸਾਂ ਠੀਕ ਹੈ ਸੋ ਜੇ ਤੁਸੀਂ ਇੱਥੇ ਫੋਰਮ ਭਰਿਆ ਤਾਂ ਬਾਈ ਐਕਟੀਵੇਟ ਰਹੋ ਜਾਂ ਖੁਦ ਤੋਂ ਹੀ ਡੇਲੀ ਆਪਦਾ ਜਿਹੜਾ ਅਕਾਊਂਟ ਹੈ ਲੌਗਇਨ ਕਰਕੇ ਚੈੱਕ ਕਰ ਲਿਆ ਕਰੋ ਵੀ ਕੋਈ ਅਪਡੇਟ ਮਿਲਿਆ ਜਾਂ ਨਹੀਂ ਮਿਲਿਆ ਠੀਕ ਹੈ ਨਹੀਂ ਤਾਂ ਆਪਣਾ ਇਹ ਜਿਹੜਾ ਚੈਨਲ ਹੈ ਇਹਦੇ ਨਾਲ ਤੁਸੀਂ ਜੁੜ ਸਕਦੇ ਹੋ ਹਲੇ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਰ ਲਿਓ ਠੀਕ ਹੈ ਇੱਥੇ ਸਹੀ ਅਤੇ ਸਟੀਕ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਇਸ ਤੋਂ ਇਲਾਵਾ ਆਪਣਾ ਵਟਸਐਪ ਨੰਬਰ ਜਿਹੜਾ ਸਕਰੀਨ 'ਤੇ ਸ਼ੋ ਹੋ ਰਿਹਾ ਜੇ ਐਂਸਰ ਕੀ ਦੁਬਾਰਾ ਤੋਂ ਆਈ ਤਾਂ ਇੱਥੋਂ ਜਾ ਕੇ ਤੁਸੀਂ ਡਾਊਨਲੋਡ ਕਰਵਾ ਸਕਦੇ ਹੋ ਠੀਕ ਹੈ ਸੋ ਇਹ ਸਾਰੀ ਅਪਡੇਟ ਸੀ ਬਈ ਮੰਨ ਕੇ ਚੱਲੋ ਮੈਕਸੀਮਮ ਅੱਜ ਜਾਂ 1-2 ਦਿਨਾਂ ਦੇ ਵਿੱਚ ਤੁਹਾਡਾ ਸਕੋਰ ਕਾਰਡ ਅਪਡੇਟ ਹੋ ਜਾਏਗਾ ਅਤੇ ਬਹੁਤ ਹੀ ਛੇਤੀ ਤੁਹਾਡੇ ਫਿਜ਼ੀਕਲ ਹੈ ਠੀਕ ਹੈ ਸੋ ਜਿਹੜੇ ਜਵਾਨਾਂ ਨੇ ਆਪਦੀ ਐਂਸਰ ਕੀ ਡਾਊਨਲੋਡ ਕਰ ਲਈ ਉਹਨਾਂ ਦਾ ਵਧੀਆ ਸਕੋਰ ਬਣਦਾ ਤਾਂ ਆਪਦੇ ਫਿਜ਼ੀਕਲ ਦੀ ਤਿਆਰੀ ਰੱਖਿਓ ਫਿਜ਼ੀਕਲ ਦੇ ਵਿੱਚ ਤੁਹਾਨੂੰ ਜਿਹੜਾ ਇੱਦਾਂ ਨਹੀਂ ਕਿ 3-4 ਮਹੀਨੇ ਮਿਲਣਗੇ ਮਸਾਂ 15-20 ਦਿਨ ਦਾ ਟਾਈਮ ਤੁਹਾਡੇ ਕੋਲ ਹੋਏਗਾ ਤਾਂ ਜੇ ਤੁਹਾਡੀ ਫਿਜ਼ੀਕਲ ਦੀ ਤਿਆਰੀ ਹੈ ਤਾਂ ਤੁਸੀਂ ਇੱਥੇ ਸਿਲੈਕਸ਼ਨ ਲੈ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਗਰੁੱਪ ਡੀ ਵਾਲੇ ਜਿਹੜੇ ਕੈਂਡੀਡੇਟ ਹੈ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਇੱਕ ਸਪੈਸ਼ਲ ਗਰੁੱਪ ਜਿਹੜਾ ਉਹ ਕ੍ਰੀਏਟ ਹੋ ਚੁੱਕਿਆ ਵੀਡੀਓ ਡਿਸਕ੍ਰਿਪਸ਼ਨ ਵਿੱਚ ਉਸਦਾ ਲਿੰਕ ਮਿਲ ਜਾਏਗਾ ਉਹਦੇ ਨਾਲ ਤੁਸੀਂ ਜੁੜ ਸਕਦੇ ਹੋ ਅਤੇ ਬਾਕੀ ਲੇਟੈਸਟ ਅਪਡੇਟ ਵਾਸਤੇ ਚੈਨਲ ਨਾਲ ਬਣੇ ਰਹੋ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰੱਖ